ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਟੀਵੀ ਪੰਜਾਬੀ ਪੇਸ਼ ਹਨ ਅੱਜ ਦੀਆਂ ਕੁਝ ਖਾਸ ਖਬਰਾਂ ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀ ਵਧੀ ਕੀਮਤ ਜਿਸ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਹੋਇਆ ਬਦਲਾ ਦਿੱਲੀ ਦੇ ਐਲਜੀ ਵੱਲੋਂ ਲਿਖੇ ਪੱਤਰ ਦਾ ਸੀਐਮ ਮਾਨ ਨੇ ਦਿੱਤਾ ਜਵਾਬ ਕਿ ਹਾ ਪ੍ਰਾਲੀ ਵਰਗੇ ਗੰਭੀਰ ਮੁੱਦੇ ਤੇ ਸਿਆਸਤ ਠੀਕ ਨਹੀਂ ਹੈ ਲੁਧਿਆਣਾ ਚ ਪੁਲਿਸ ਨੇ ਔਰਤ ਸਮੇਤ 6 ਦੋਸ਼ੀਆਂ ਨੂੰ ਕੀਤਾ ਕਾਬੂ ਹੈਰੋਇਨ ਤੇ ਸ਼ਰਾਬ ਕੀਤੀ ਬਰਾਮਦ ਸੁਖਬੀਰ ਬਾਦਲ ਨੇ ਐਡਵੋਕੇਟ ਤਾਮੀਨ ਨੂੰ ਐਸਜੀਪੀਸੀ ਚੋਣਾਂ ਲਈ ਅਕਾਲੀ ਦਲ ਦਾ ਐਲਾਨਿਆ ਉਮੀਦਵਾਰ ਪੰਜਾਬ ਪੁਲਿਸ ਦੇ 4 ਆਈਪੀਐਸ ਅਧਿਕਾਰੀਆਂ ਨੂੰ ਮਿਲੀ ਤਰੱਕੀ ਬਣਾਇਆ ਗਿਆ ਡੀਆਈਜੀ ਏਜੀਟੀਐਫ ਦੀ ਵੱਡੀ ਕਾਰਵਾਈ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਦੋਸ਼ੀ ਬਠਿੰਡਾ ਤੋਂ ਕੀਤਾ ਗਿਆ ਗ੍ਰਿਫਤਾਰ ਪੀਐਮ ਮੋਦੀ ਦੇ ਪੰਜਾਬ ਦੌਰੇ ਖਿਲਾਫ ਕਿਸਾਨਾਂ ਨੇ ਖੋਲਿਆ ਮੋਰਚਾ ਕਿਹਾ 5 ਨਵੰਬਰ ਨੂੰ ਪੁਤਲਾ ਫੂਕ ਕਰਾਂਗੇ ਪ੍ਰਦਰਸ਼ਨ ਰਾਲੀ ਸਾੜਨਾਲ ਮੋਹਾਲ ਹੋ ਰਿਹਾ ਹੈ ਦੂਸ਼ਿਤ 2666 ਮਾਮਲੇ ਆਏ ਸਾਹਮਣੇ 11 ਕਾਨੂੰਨੀ ਟਾਂਗ ਨਾਲ ਵੇਚਣ ਲਈ ਸੂਬੇ ਚ ਲਿਆਂਦਾ ਜਾ ਰਿਹਾ ਲੱਖਾਂ ਰੁਪਏ ਦਾ ਚੋਨਾ ਫੜਿਆ ਗਿਆ ਪੁਲਿਸ ਨੇ ਸਮਾਣਾ ਦੇ ਇੱਕ ਵਪਾਰੀ ਸਮੇਤ ਦੋ ਖਿਲਾਫ ਮਾਮਲਾ ਕੀਤਾ ਦਰਜ ਅਰਵਿੰਦ ਕੇਜਰੀਵਾਲਾ ਤੇ ਸੀਐਮ ਮਾਨ ਦਾ ਵੱਡਾ ਬਿਆਨ ਗਿਆ ਅਗਲੇ ਸਾਲ ਤੱਕ ਪ੍ਰਾਲੀ ਸੜਨ ਤੋਂ ਰੋਕਣ ਲਈ ਕੋਈ ਠੋਸ ਹੱਲ ਕੱਢ ਲਵਾਂਗੇ ਸੋ ਇਸਨ ਅੱਜ ਦੀਆਂ ਕੁਝ ਖਾਸ ਖਬਰਾਂ ਜੀ ਕਰ ਤੁਸੀਂ ਹੁਣ ਤੱਕ ਟਾਈਮ ਟੀਵੀ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਵੋ ਤਾਂ ਜੋ ਰੋਜ਼ਾਨਾ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ